ਤੁਸੀਂ ਫੈਸਲਾ ਕੀਤਾ ਹੈ ਕਿ ਕੇਸ ਲੜਨ ਜਾ ਰਹੇ ਹੋ ਤੁਸੀਂ ਸਰਬਜੀਤ ਸਿੰਘ ਹੁਣਾਂ ਦਾ? ਪਹਿਲੇ ਸਰਬਜੀਤ ਹੀ ਨਹੀਂ, ਬਾਕੀ ਵੀ ਜਿਹੜੇ ਸਿੰਘ ਨੇ ਸਰਬਜੀਤ ਸਿੰਘ ਦੇ ਨਾਲ ਸਾਰਾ ਕੇਸ ਖੜਾਂਗੇ। इस चीज़ को किदा तुसी देख रहे हो, क्योंकि उन्होंने खुद ही जदों तां कहा कि असी कतल किया, असी पूरी घटना को अंजाम दिता, फिर कोर्ट के किस तरीके पक्ष रखोगे तुसी? कदी भी गुरसिख जिहड़ा ना वो किसी के उत्ते नजायज कोई कार्रवाई नहीं कर। जदों उन्होंने खुद ही कबूल कर लिया कि असी कतल किया, तो फिर पैरवाई किस तरीके करोगे? तो नाल ही की तुहानू लगता है कि बचाव हो सकेगा या बचाव करने वास्ते पैरवी जो भी तुसी किहड़े किहड़े फैक्ट्स रखोगे? ਸਰੂਪ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ, ਉਹ ਹੱਥ ਵੱਡਿਆ ਜੀ ਜੀ, ਜਿਹਨਾਂ ਪੈਰਾਂ ਨਾਲ ਤੁਰ ਗਿਆ ਉਹ ਪੈਰ ਵੱਡਿਆ ਜੀ। ਤੁਹਾਨੂੰ ਲੱਗਦਾ ਕਿ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਸਰਦਾਰ? ਹੋਰ ਗ੍ਰਿਫਤਾਰੀ ਮੇਰੇ ਹਿਸਾਬ ਨਾਲ ਨਾ ਕੋਈ ਮਮ ਸਮ ਬਣਦੀ ਆ, ਤਾਂ ਕੋਈ ਹੋਣੀ ਜ਼ਰੂਰੀ ਆ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਵੱਡੇ ਸਵਾਲ ਖੜੇ ਕੀਤੇ, ਉਹਨਾਂ ਨੇ ਵੀ ਇੱਕ ਵੀਡੀਓ ਪੋਸਟ ਕੀਤਾ। ਢੱਡਰੀਆਂ ਵਾਲਾ ਯਾਰ ਕਿੱਡੀ ਕੁ ਵੱਡੀ ਇੰਪੋਰਟੈਂਟ ਹਸਤੀ ਹੈ ਜਿਹਦੇ ਬਾਰੇ ਤੁਸੀਂ ਮੈਨੂੰ ਪੁੱਛਣ ਦੇ? ਇਹੋ ਢੱਡਰੀਆਂ ਵਾਲਾ ਜਿਹਦੇ ਦੀਵਾਨਾਂ ਦੇ ਵਿੱਚ ਇੰਨੀ ਨਹੀਂ ਸੰਗਤ ਹੁੰਦੀ, ਅੱਜ ਕਦੀ ਕਤੂਰਾ ਚੁੱਕੀ ਫਿਰਦਾ, ਕੁਛੜ ਵੀ ਇਹ ਬੜੇ ਵਫ਼ਾਦਾਰ ਹੈ ਜੀ, ਇਹ ਪਾਲੋ ਇਹਨਾਂ ਨੂੰ ਰੱਖੋ। ਹੁਣ ਜਿਹੜਾ ਆਹ ਗੱਲ ਕੀਤੀ ਹੈ ਨਾ ਉਹਨੇ, ਉਹਨੂੰ ਵੇਖੋ ਬੇਅਦਬੀ ਦਾ ਕੋਈ ਦੁੱਖ ਨਹੀਂ ਹੋਇਆ, ਬਿਲਕੁਲ ਕੋਈ ਦੁੱਖ ਨਹੀਂ ਹੋਇਆ ਉਹਨੂੰ। ਉਸ ਬੰਦੇ ਦਾ ਦੁੱਖ ਹੈ ਜਿਹਨੂੰ ਉਹਨੇ ਤਾਲਿਬਾਨ ਨਾਲ ਤੁਲਨਾ ਕਰ ਦਿੱਤੀ। ਢੱਡਰੀਆਂ ਵਾਲਾ ਤੇ ਸੇਮ ਏਜ ਗਰੁੱਪ ਚ ਹੀ ਨੇ ਬਾਬਾ ਦਲੇਰ ਸਿੰਘ ਗੇੜੀ ਵਾਲੇ, ਸੰਗਤ ਉਹਨਾਂ ਦਾ ਸਤਿਕਾਰ ਕਰਦੀ ਆ, ਉਹ ਗੁਰਮਤ ਦਾ ਪ੍ਰਚਾਰ ਕਰਦੇ ਨੇ। ਢੱਡਰੀਆਂ ਵਾਲੇ ਦਾ ਉਹਨਾਂ ਨਾਲੋਂ ਵੱਧ ਤਾਪ ਤੇਜ ਸੀਗਾ ਕਿਸੇ ਸਮੇਂ, ਅੱਜ ਕਤੂਰੇ ਖਿਡਾਉਣ ਦੇ ਆ ਗਿਆ ਜੀ। ਸਤਿ ਸ਼੍ਰੀ ਅਕਾਲ, ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ, ਮੈਂ ਹਾਂ ਵਿਕਰਮ ਸਿੰਘ। ਭਗਵੰਤ ਸਿੰਘ ਸਿਆਲਕਾ SGPC ਦੇ ਜਨਰਲ ਸਕੱਤਰ ਨੇ, ਉਹਨਾਂ ਨੇ ਐਲਾਨ ਕੀਤਾ ਹੈ ਕਿ ਉਹ ਸਰਬਜੀਤ ਸਿੰਘ ਦਾ ਕੇਸ ਲੜਨਗੇ। ਸਰਬਜੀਤ ਸਿੰਘ ਨੇ ਸਾਰੀ ਜ਼ਿੰਮੇਵਾਰੀ ਲਈ ਸੀ, ਸਰਬਜੀਤ ਸਿੰਘ ਉਹ ਨਿਹੰਗ ਜਿਨ੍ਹਾਂ ਨੇ ਆਤਮ ਸਮਰਪਣ ਵੀ ਕੀਤਾ, ਉਹਨਾਂ ਨੇ ਕਿਹਾ ਕਿ ਬੇਅਦਬੀ ਹੋਈ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਸਦਾ ਕਤਲ ਕੀਤਾ ਲਖਵੀਰ ਸਿੰਘ ਦਾ। ਔਰ ਭਗਵੰਤ ਸਿੰਘ ਸਿਆਲਕਾ ਐਡਵੋਕੇਟ ਸਾਡੇ ਨਾਲ ਮੌਜੂਦ ਨੇ। ਸਰ ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ 'ਤੇ। ਤੁਸੀਂ ਐਲਾਨ ਕੀਤਾ ਕਿ ਤੁਸੀਂ ਸਰਬਜੀਤ ਸਿੰਘ ਦਾ ਕੇਸ ਦੇਖੋਗੇ, ਗੱਲਬਾਤ ਹੋਈ ਹੈ ਉਹਨਾਂ ਦੇ ਪਰਿਵਾਰ ਦੇ ਨਾਲ ਜਾਂ ਫਿਰ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ? ਤੁਸੀਂ ਫੈਸਲਾ ਕੀਤਾ ਕਿ ਕੇਸ ਲੜਨ ਜਾ ਰਹੇ ਹੋ ਤੁਸੀਂ ਸਰਬਜੀਤ ਸਿੰਘ ਹੁਣਾਂ ਦਾ? ਹਾਂਜੀ, ਮੈਂ ਅਵਿੰਦਰ ਸੈਨ ਨਰਾਇਣ ਸਿੰਘ ਹੁਣੀ ਤੇ ਸਾਡੇ ਹੈ ਹੀ ਗੁਆਂਢੀ ਨੇ ਜੀ ਜੀ, ਤੇ ਉਹਨਾਂ ਨਾਲ ਵੀ ਗੱਲਬਾਤ ਹੋਈ ਜੀ। ਇਕੱਲੇ ਸਰਬਜੀਤ ਹੀ ਨਹੀਂ, ਬਾਕੀ ਵੀ ਜਿਹੜੇ ਸਿੰਘ ਨੇ ਸਰਬਜੀਤ ਸਿੰਘ ਦੇ ਨਾਲ ਸਾਰਾ ਕੇਸ ਖੜਾਂਗੇ ਜੀ। ਨਿਹੰਗ ਸਿੰਘ ਜਥੇਬੰਦੀਆਂ ਨਾਲ, ਬਾਬਾ ਅਮਨ ਸਿੰਘ ਜੀ ਨਾਲ, ਰਾਜਾ ਰਾਜ ਸਿੰਘ ਉਹਨਾਂ ਨਾਲ ਜੀ, ਉਹਨਾਂ ਨਾਲ ਅੱਜ ਮੈਂ ਮਿਲਿਆ ਜੀ ਉਹਨਾਂ ਨੂੰ ਜੀ। ਮੈਂ ਕੱਲ ਹੀ ਉਹਨਾਂ ਕੋਲ ਆ ਜਾਣਾ ਸੀ, ਕੱਲ ਫਿਰ ਥੋੜਾ ਮੌਸਮ ਖਰਾਬ ਹੋਣ ਕਰਕੇ, ਕੋਈ ਜਾਮ ਹੋਣ ਕਰਕੇ ਬਹੁਤ ਲੇਟ ਹੋ ਗਈ ਜੀ ਰਾਤ, ਫਿਰ ਨਹੀਂ ਸਵੇਰੇ, ਅੱਜ ਮੈਂ ਸਵੇਰ ਦਾ ਉੱਥੇ ਆਇਆ ਜੀ। ਕੀ ਗੱਲਬਾਤ ਹੋਈ ਹੈ ਉਹਨਾਂ ਦੇ ਨਾਲ ਐਡਵੋਕੇਟ ਸਾਹਿਬ? ਗੱਲਬਾਤ ਤੇ ਜੋ ਇਸ ਵੇਲੇ ਚੱਲ ਰਿਹਾ ਜੀ ਸਾਰਾ, ਸਾਰੀ ਸੰਗਤ ਦੇ ਸਾਹਮਣੇ ਆ ਗੱਲਬਾਤ ਤੇ। ਮੈਂ ਤੇ ਕਾਨੂੰਨੀ ਪੱਖ ਤੋਂ ਜਿਹੜੀ ਕੋਈ ਉਹਨਾਂ ਦੇ ਕੇਸ ਦੇ ਨਾਲ ਸੰਬੰਧਿਤ ਆ ਜੀ, ਉਹ ਜੋ ਜੇ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਤੇ ਵਕੀਲ ਬਣਾਇਆ ਤੇ ਉਹ ਉਹਨਾਂ ਦੀ ਕੇਸ ਦੀ ਪੈਰਵਾਈ ਕਰਾਂਗੇ ਜੀ। ਹਾਂਜੀ, ਤੁਸੀਂ ਨਿੱਜੀ ਤੌਰ ਤੇ ਕਰ ਰਹੇ ਹੋ ਜਾਂ SGPC ਵੱਲੋਂ ਵੀ ਕੋਈ ਇੰਸਟਰਕਸ਼ਨਸ ਆਈਆਂ ਕਿ ਸਿਆਲਕਾ ਸਾਹਿਬ ਤੁਸੀਂ ਐਡਵੋਕੇਟ ਹੈਗੇ ਹੋ ਔਰ ਲਾਹਾ ਲੈ ਲਓ ਇਸ ਚੀਜ਼ ਦਾ? ਦੇਖੋ, ਮੈਂ ਜਦੋਂ SGPC ਮੈਂਬਰ ਨਹੀਂ ਸਾਂ, ਮੈਂ ਉਦੋਂ ਵੀ ਪੰਥਕ ਕੇਸ ਜਿਹੜੇ ਉਹ ਲੜੇ ਜੀ ਜੀ, ਬੀਇੰਗ ਮੈਂਬਰ SGPC ਵੀ ਚਲੋ ਲੜੇ, ਪਰ ਮੈਂ ਪਰਸਨਲ ਕਪੈਸਿਟੀ ਚ ਕੇਸ ਜਿਹੜੇ ਆ ਜੀ ਉਹ ਪੰਥ ਦੀ, ਕਿਉਂਕਿ ਇਸ ਚੀਜ਼ ਦਾ ਹਿੱਸਾ ਰਹੇ ਆ, ਪੰਥਕ ਸੰਘਰਸ਼ ਦਾ ਹਿੱਸਾ ਰਿਹਾ ਮੈਂ, ਉਹਦੇ ਕਰਕੇ ਮੈਂ ਹਮੇਸ਼ਾ ਕੇਸ ਜਿਹੜੇ ਆ ਆਪਣੀ ਪਰਸਨਲ ਕਪੈਸਿਟੀ ਚ ਲੜੇ ਜੀ। ਹੁਣ ਵੀ ਜਿਹੜਾ SGPC ਵੀ ਕਦੀ ਵੈਸੇ ਪੰਥਕ ਮੁੱਦਿਆਂ ਤੋਂ ਕਿਸੇ ਕੇਸ ਤੋਂ ਪਿੱਛੇ ਨਹੀਂ ਰਹੀ, SGPC ਹਰ ਪੰਥਕ ਕੇਸ ਦਾ ਪੈਰਵਾਈ ਕਰਦੀ ਰਹੀ। ਇਹ ਵੀ ਪੰਥ ਦਾ ਮਸਲਾ ਹੀ ਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸੰਬੰਧਿਤ ਜਿਹੜਾ ਕੋਈ ਵੀ ਮਾਮਲਾ ਉਹ ਪੂਰੇ ਪੰਥ ਦਾ, ਸਮੁੱਚੇ ਪੰਥ ਦਾ ਮਾਮਲਾ। ਅੱਜ ਤੁਸੀਂ ਵੇਖੋ ਸਿੰਘ ਸਾਹਿਬ ਜੀ ਦਾ ਬਿਆਨ ਆਇਆ ਪਿੱਛੇ, ਆਪਣਾ ਦਮਦਮ ਟਕਸਾਲ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਜਿਹੜਾ ਉਹ ਇਸ ਚੀਜ਼ ਨੂੰ ਜਿਹੜਾ ਜੀ ਕਾਰਵਾਈ ਕੀਤੀ।
पर इस चीज़ नूं किद्दां तुसीं देख रहे हो, क्योंकि उन्होंने खुद ही जदों तां कहा कि असी कतल किया, असी पूरी घटना नूं अंजाम दिता, फिर कोर्ट दे विच किस तरीके नाल पक्ष रखोगे तुसीं? वेखो कोर्ट दे विच पक्ष रखण दे बड़े तरीके ने जी। कोई गुरसिख वैसे जदों कोई कार्ज करदे ने ते ओह उस चीज दा जिहड़ा ओहदे पिछे कोई पिछोकड़ हुंदा, एवें नहीं तुरे जांदिआं किसे दे उत्ते कोई वार नहीं करदा, तुरे जांदिआं किसे दा कोई ईवन बहुत ज्यादा हौसला रखते ने, पेशेंस रखते ने, ते फिर जिहड़ी आ कोई घटना वापरदी है। कदी भी गुरसिख जिहड़ा ना ओह किसे दे उत्ते नजायज कोई कारवाई नहीं करदा, ना कदी अपने स्थिति का कोई नजायज फायदा उठाउंदा जी। जी सियालका साहब, सवाल मेरा यह सी कि जदों उन्होंने खुद ही कबूल किया कि असी कतल किया, वह कहें कि असी सज़ा दे दिती, उसने बेअदबी की, असी सज़ा दे दिती, और हुण उन्होंने कहा कि असी कानून ने जो भी करना पैरवी करनी, जो भी कार्रवाई करनी कानून मुताबक साढ़े ते होवे, पर जदों उन्होंने खुद ही कबूल कर लिया कि असी कतल किया, तो फिर पैरवाई किस तरीके दे नाल करोगे, ते नाल ही की तुहानू लगता है कि बचाव हो सकेगा या बचाव करने वास्ते पैरवी जो भी तुसीं किहड़े किहड़े फैक्टर रखोगे? ये जिहड़ा ये ते कानूनी मसले ने, बट तुसीं ना एक डिफरेंशिएशन हुंदी आ विच जी जी कतल हुंदा किसे नूं, ये बंदा जिहड़ा ना जी ये इहदा जिहड़ा इहदा उहनां ने जे जिस हथ नाल उहने उह अपना सरूप लेके जाण दी कोशिश कीती उह हथ वड्या जी जी, जिहना पैरां नाल तुर गया उह पैर वड्या जी जी। जे इहो गल ਆਪਾਂ ਜੋ ਸਾਹਮਣੇ ਆ ਰਹੀ ਹੈ, ਕਿਉਂਕਿ ਮੈਂ ਨਿੱਜੀ ਤੌਰ ਤੇ ਅਜੇ ਉਹਨਾਂ ਨਾਲ ਗੱਲ ਨਹੀਂ ਨਾ ਸਾਂਝੀ ਕਰ ਸਕਿਆ ਜੀ ਜੀ, ਮੈਨੂੰ ਮੈਂ ਕੱਲ ਦਾ ਵੀ ਪਰਸੋਂ ਟਰਾਈ ਕੀਤੀ ਮੇਰੀ ਗੱਲ ਹੋ ਜੇ ਤੇ ਨਹੀਂ ਪੁਲਿਸ ਅਥਾਰਟੀ ਨਾਲ ਗੱਲ ਹੋਈ, ਕੱਲ ਵੀ ਕੀਤੀ ਅੱਜ ਵੀ ਕੀਤੀ ਨਹੀਂ ਹੋਈ, ਕਿਉਂਕਿ ਉਹਨਾਂ ਨੂੰ ਮਿਲ ਕੇ ਗੱਲ ਕੀਤੀ ਜਾ ਸਕਦੀ ਹੈ। ਬਾਕੀ ਜਿਹੜਾ ਕਾਨੂੰਨ ਦੇ ਜਿਹੜਾ ਪੱਖ ਜਿਹੜਾ ਜੀ ਉਹ ਜਦੋਂ ਟਰਾਇਲ ਚੱਲਦਾ ਉਦੋਂ ਉਹ ਗੱਲ ਜਿਹੜੀ ਆ ਉਹ ਕਰਨ ਵਾਲੀ ਗੱਲ ਹੁੰਦੀ, ਉਹ ਤੋਂ ਪਹਿਲਾਂ ਕੀ ਹੋਣਾ ਕੀ ਟਵਿਸਟ ਲੈਣੀ ਕੇਸ ਨੇ ਉਹ ਨਹੀਂ ਪਤਾ ਹੁੰਦਾ। ਕਈ ਵਾਰੀ ਤੇ ਈਵਨ ਜਿਹੜਾ ਕਰਦਿਆਂ ਕਰਦਿਆਂ ਕੇਸ ਦਾ ਰੁਖ ਬਦਲ ਜਾਂਦਾ ਜੀ, ਜਿਵੇਂ ਕ੍ਰੋਸ ਕਰਦੇ ਇੱਕ ਵਾਰ। ਹਾਂਜੀ, ਤੁਹਾਨੂੰ ਕੀ ਲੱਗਦਾ ਫਿਰ ਹੁਣ ਹੋਊਗਾ ਕਿ ਸਿਆਲਕਾ ਸਾਹਿਬ ਇਸ ਕੇਸ ਦੇ ਵਿੱਚ, ਕਿਉਂਕਿ ਪੁਲਿਸ ਵੱਲੋਂ ਤਾਂ ਪੁਲਿਸ ਕਹਿ ਰਹੀ ਹੈ ਕਿ ਹੋਰ ਵੀ ਬਹੁਤ ਸਾਰੇ ਲੋਕ ਹੋ ਸਕਦੇ ਨੇ, ਜਾਂ ਉਹਨਾਂ ਨੇ ਹੋਰ ਵੀ ਰਿਮਾਂਡ ਮੰਗਿਆ ਸੀ, ਪਰ 6 ਦਿਨਾਂ ਦਾ ਕੱਲ੍ਹ ਉਹਨਾਂ ਨੂੰ ਰਿਮਾਂਡ ਮਿਲਿਆ, ਜੋ ਕਿ ਬਾਬਾ ਨਾਰਾਇਣ ਸਿੰਘ ਹੋਣੀ ਔਰ ਭਗਵੰਤ ਸਿੰਘ ਹੋਣੀ ਅਤੇ ਨਾਲ ਹੀ ਗੋਬਿੰਦਪ੍ਰੀਤ ਸਿੰਘ ਹੋਣਾ ਦਾ, ਔਰ ਕਹਿੰਦੇ ਕਿ ਜਦੋਂ ਸਰਬਜੀਤ ਸਿੰਘ ਹੋਣਾ ਦਾ 7 ਦਿਨਾਂ ਦਾ ਰਿਮਾਂਡ ਮਿਲਿਆ ਸੀ, ਇਕੱਠਿਆਂ ਅਗਲੀ ਵਾਰ ਕੋਰਟ 'ਚ ਪੇਸ਼ ਕੀਤਾ ਜਾਏਗਾ, ਪੰਜਾਬ ਵੀ ਲਿਆਂਦਾ ਜਾਣਾ, ਔਰ ਨਾਲ ਹੀ ਉਹਨਾਂ ਨੇ ਪੁਲਿਸ ਨੇ ਇਹ ਕਿਹਾ ਕਿ ਇਹਨਾਂ ਵੱਲੋਂ ਕਿਹਾ ਗਿਆ ਕੋਰਟ ਦੇ ਵਿੱਚ ਵੀ ਕਿ ਅਸੀਂ ਕੁਛ ਹੋਰ ਵੀ ਲੋਕਾਂ ਨੂੰ ਚਿਹਰਿਆਂ ਤੋਂ ਪਛਾਣਦੇ ਹਾਂ ਪਰ ਨਾਮ ਨਹੀਂ ਉਹਨਾਂ ਦੇ ਜਾਣਦੇ ਜਿਹੜੇ ਜਿਹੜੇ ਸ਼ਾਮਿਲ ਸੀਗੇ, ਇਹ ਗੱਲਾਂ ਉਹਨਾਂ ਵੱਲੋਂ ਕਹੀਆਂ ਗਈਆਂ ਨੇ। ਤੁਹਾਨੂੰ ਲੱਗਦਾ ਕਿ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ ਸਿਆਲਕਾ ਸਾਹਿਬ? ਵੇਖੋ ਇਹਦੇ 'ਚ ਹੋਰ ਗ੍ਰਿਫਤਾਰੀ ਮੇਰੇ ਹਿਸਾਬ ਨਾਲ ਨਾ ਕੋਈ ਬਣਦੀ ਆ ਨਾ ਕੋਈ ਹੋਣੀ ਜ਼ਰੂਰੀ ਆ ਜੀ। ਆਪਾਂ ਜੋ ਕੁਝ ਉਸ ਵੇਲੇ ਦੀਆਂ ਵੀਡੀਓਜ਼ ਨੇ ਉਹ ਹੀ ਪੁਲਿਸ ਕੋਲ ਨੇ, ਪੁਲਿਸ ਕਿਹੜਾ ਮੌਕੇ ਤੇ ਹਾਜ਼ਰ ਹੈ, ਤੇ ਜੋ ਵੀਡੀਓਜ਼ ਹੈਗੀਆਂ ਉਹਨਾਂ ਦੇ ਮੁਤਾਬਕ ਜਿਹੜਾ ਉਸ ਬੰਦੇ ਦਾ ਜੇ ਗੁੱਟ ਵੱਡਿਆ ਤੇ ਉਹ ਸਰਬਜੀਤ ਸਿੰਘ ਹੋਣਾ ਦੇ ਜਿੰਮੇ ਲੱਗ ਗਿਆ ਜੀ। ਜੇ ਉਹਦਾ ਦੂਸਰਾ ਤੇ ਉਹ ਬਾਬੇ ਨਾਰਾਇਣ ਸੋਹਣਾ ਦੇ ਜਿੰਮੇ ਲੱਗ ਗਿਆ। ਜੇ ਉਹਨੂੰ ਟੰਗਣ ਦੀ ਗੱਲ ਆ ਉਹਨੂੰ ਉਹ ਜਿਹੜੀ ਆ ਉਹ ਭਗਵੰਤ ਸਿੰਘ ਹੋਣਾ ਦੇ ਗੋਬਿੰਦਪ੍ਰੀਤ ਸਿੰਘ ਹੋਣਾ ਦੇ ਜਿੰਮੇ ਲੱਗੀ ਜੀ, ਬੈਰੀਕੇਡ ਤੇ ਟੰਗਣ ਦੀ ਗੱਲ ਜੀ। ਕਿਸੇ ਚੀਜ਼ ਨੂੰ ਤੁਸੀਂ ਮੰਨ ਲਓ ਮੈਨੂੰ ਸੱਟਾਂ 2 ਨੇ ਜੀ, ਤੇ ਮੈਨੂੰ 3 ਬੰਦੇ ਥੋੜਾ ਸ਼ਾਮਿਲ ਕਰ ਦੋ ਕਿ ਮੈਨੂੰ ਸੱਟਾਂ ਲਾਉਣ ਚ। ਇਹ ਜਿਹੜੀ ਆ ਨਾ ਇਹ ਕੋਈ ਗੱਲ ਨੀ ਹੈਗੀ। ਵੇਖੋ ਉਹ ਬੰਦਾ ਜਿਹੜਾ ਉਹ ਇੰਟੈਂਸ਼ਨਲੀ ਇੱਥੇ ਆਇਆ, ਉਹਨੂੰ ਹੁਣ ਤੇ ਸਗੋਂ ਪੁਲਿਸ ਦਾ ਇਹ ਕਾਰਵਾਈ ਕਰਨੀ ਬਣਦੀ ਆ। ਪੁਲਿਸ ਨੇ ਵੇਖੋ ਇਹ ਜਿਹੜਾ ਨਾ ਇਹ ਘਟਨਾ ਠੀਕ ਆ ਇਹ ਸੰਭਾਲੀ ਗਈ, ਇਹ ਘਟਨਾ ਅਜਿਹਾ ਟਵਿਸਟ ਵੀ ਲੈ ਸਕਦੀ, ਅਜਿਹਾ ਰੂਪ ਵੀ ਲੈ ਸਕਦੀ ਵੀ ਇੱਥੇ ਹਾਲਾਤ ਵਿਗੜ ਸਕਦੇ ਸਨ। ਪੁਲਿਸ ਦੀ ਕਾਰਵਾਈ ਜਾਂ ਸਰਕਾਰ ਦੀ ਕਾਰਵਾਈ ਇਹਨਾਂ ਦੇ ਖਿਲਾਫ਼ ਜਿੰਨੀ ਹੋਣੀ ਉਹ ਹੋਗੀ। ਹੁਣ ਤਾਂ ਪੁਲਿਸ ਦਾ ਇਹ ਕਰਨਾ ਬਣਦਾ ਵੀ ਉਹ ਹਾਲਾਤ ਵੇਖਣ ਉਹ ਕਿਵੇਂ ਆਇਆ, ਉਹਨੂੰ ਭੇਜਿਆ ਕਿੰਨੇ, ਕਿਉਂਕਿ ਤੁਸੀਂ ਵਾਰ ਵਾਰ ਉਹਦੇ ਤੇ ਆ ਰਹੇ ਨੇ ਆਪਣਾ, ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਪਿੰਡ ਵਾਲਿਆਂ ਨੇ ਵੀ ਉਹਦੀ ਸਿਸਟਰ ਨੇ ਦੱਸਿਆ ਕਿ ਇਸ ਬੰਦੇ ਨੂੰ ਕਿਸੇ ਸੰਧੂ ਸਾਹਿਬ ਦਾ ਫੋਨ ਆਉਂਦਾ ਸੀ ਜਾਂ ਆਪਣੇ ਕਾਰਡ ਤੋਂ ਵੇਖ ਕੇ, ਜਿਹੜਾ ਇਹਨੂੰ ਦਿੱਤਾ ਗਿਆ ਕਾਰਡ ਸੀ ਉਹਦੇ ਤੋਂ ਵੇਖ ਕੇ ਫੋਨ ਲਾਉਂਦਾ ਸੀ। ਪੁਲਿਸ ਨੂੰ ਤੇ ਇਹ ਵੇਖਣਾ ਚਾਹੀਦਾ ਵੀ ਉਹ ਕਿਹੜੀ ਸ਼ਕਤੀ ਜਾਂ ਉਹ ਕਿਹੜਾ
ਬੰਦਾ ਵਾ ਜਿਹਨੇ ਇਹਨੂੰ ਇੱਥੇ ਭੇਜਿਆ। ਇਹਦੇ ਭੇਜੇ ਜਾਣ ਦੇ ਪਿੱਛੇ ਉਹਦਾ ਮਕਸਦ ਤੇ ਇਹੋ ਹੀ ਨਾ, ਇੱਥੇ ਹਾਲਾਤ ਖਰਾਬ ਕਰਨੇ, ਗੜਬੜ ਕਰਾਉਣੀ। ਉਹ ਗੜਬੜ ਸਰਕਾਰ ਲਈ ਵੀ ਉਨੀ ਸਿਰਦਰਦੀ ਪੈਦਾ ਕਰਦੀ ਹੈ। ਇਹ ਵੇਲੇ ਸ਼ਾਂਤਮਈ ਚੱਲ ਰਿਹਾ ਨਾ, ਜੇ ਕੋਈ ਗੜਬੜ ਹੋਵੇ ਤੇ ਸਰਕਾਰ ਲਈ ਸਿਰਦਰਦੀ ਪੈਦਾ ਹੋਣੀ ਆ। ਇਹ ਤੇ ਸਰਕਾਰ ਦਾ ਹੁਣ ਇਹ ਫਰਜ਼ ਬਣਦਾ ਪੁਲਿਸ ਦਾ ਵੀ ਉਹ ਉਹਦਾ ਜੇ ਫੋਨ ਪੁਲਿਸ ਨੇ ਉਹ ਲੈ ਲਿਆ ਤਾਂ ਠੀਕ ਹੈ, ਨਹੀਂ ਤੇ ਉਹਦੀ ਭੈਣ ਕੋਲੋਂ ਉਹਦਾ ਨੰਬਰ ਟਰੇਸ ਕਰਨ, ਜੇ ਉਹਦੀ ਬਾਡੀ ਲੈ ਕੇ ਜਾ ਸਕਦੀ ਹਰਿਆਣਾ ਪੁਲਿਸ ਉੱਥੇ, ਉਹਦੇ ਕੋਲ ਉਹਦਾ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਸੀ ਵੀ ਬੀਬਾ ਜੀ ਤੁਸੀਂ ਇਹ ਸਾਡੇ ਹਵਾਲੇ ਨਾਲ ਇਹ ਗੱਲ ਆਈ ਹੈ ਸਾਹਮਣੇ, ਤੁਸੀਂ ਉਹਦਾ ਨੰਬਰ ਦਿਓ। ਤੁਹਾਨੂੰ ਨਹੀਂ ਪਤਾ ਵੀ ਉਹ ਕਿਹਦੇ ਨਾਲ ਗੱਲ ਕਰਦਾ ਸੀ, ਕਿਸ ਨੰਬਰ ਤੇ ਗੱਲ ਕਰਦਾ ਸੀ, ਅਸੀਂ ਆਪ ਲੱਭ ਲਈਏ। ਕਿਉਂਕਿ ਅੱਜ ਤੇ ਕੋਈ ਵੀ ਚੀਜ਼ ਜਿਹੜੀ ਆ ਉਹ ਇਸ ਤਰ੍ਹਾਂ ਦੀ ਨਹੀਂ ਨਾ ਹੈਗੀ, ਲੱਭੀ ਨਹੀਂ ਜਾ ਸਕਦੀ। ਸਲਕਾ ਸਾਹਿਬ, ਬਹੁਤ ਸਾਰੇ ਕੇਸ ਤੁਸੀਂ ਲੜੇ ਆ, ਤੁਸੀਂ ਆਪ ਵੀ ਜ਼ਿਕਰ ਕੀਤਾ ਕਿ ਪੰਥਕ ਬਹੁਤ ਸਾਰੇ ਕੇਸ ਹੋਰ ਵੀ ਲੜੇ ਨੇ, ਔਰ ਬੇਅਦਬੀ ਦੇ ਮਸਲੇ ਨੂੰ ਤੁਸੀਂ ਬਹੁਤ ਗੰਭੀਰਤਾ ਦੇ ਨਾਲ ਦੇਖਿਆ ਹੋਊਗਾ 2015 ਤੋਂ ਲੈ ਕੇ ਜਦੋਂ ਤੋਂ ਬੇਅਦਬੀਆਂ ਹੋ ਰਹੀਆਂ ਨੇ, ਤੁਹਾਨੂੰ ਵਜ੍ਹਾ ਕੀ ਨਜ਼ਰ ਆਉਂਦੀ ਹੈ ਪਿੱਛੇ? ਕਿਉਂਕਿ ਉੱਥੇ ਤਾਂ ਨਿਹੰਗ ਸਿੰਘ ਬੈਠੇ ਨੇ, ਸ਼ਾਂਤੀਪੂਰਨ ਤਰੀਕੇ ਨਾਲ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਔਰ ਉਸ ਤੋਂ ਬਾਅਦ ਇਸ ਘਟਨਾ ਤੋਂ ਬਾਅਦ ਵੱਡੇ ਸਵਾਲ ਖੜ੍ਹੇ ਹੋ ਰਹੇ ਨੇ ਕਿਸਾਨ ਅੰਦੋਲਨ ਦੇ ਉੱਪਰ। ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਨੇ ਵੀ ਵੱਡੇ ਸਵਾਲ ਖੜ੍ਹੇ ਕੀਤੇ, ਉਹਨਾਂ ਨੇ ਵੀ ਇੱਕ ਵੀਡੀਓ ਪੋਸਟ ਕੀਤਾ, ਔਰ ਉਹਨਾਂ ਨੇ ਵੀ ਤੁਲਨਾ ਤਾਲਿਬਾਨ ਦੇ ਨਾਲ ਕੀਤੀ ਜਾ ਰਹੀ ਹੈ ਜਾਂ ਹੋਰ ਵੀ ਦੁਨੀਆਂ ਦੇ ਵਿੱਚ ਇਸ ਘਟਨਾ ਦੀ ਤੁਲਨਾ ਤਾਲਿਬਾਨ ਦੇ ਨਾਲ ਕੀਤੀ ਜਾ ਰਹੀ ਹੈ, ਇਸ ਨੂੰ ਕਿੱਦਾਂ ਦੇਖਦੇ ਹੋ? ਢੱਡਰੀਆਂ ਵਾਲਾ ਯਾਰ ਕਿੱਡੀ ਕੁ ਵੱਡੀ ਇੰਪੋਰਟੈਂਟ ਹਸਤੀ ਹੈ ਜਿਹਦੇ ਬਾਰੇ ਤੁਸੀਂ ਮੈਨੂੰ ਪੁੱਛਣ ਡਏ ਜੀ। ਢੱਡਰੀਆਂ ਵਾਲਾ ਜਦੋਂ ਇਹ ਉੱਥੇ ਬੰਨੇ ਚੱਲ ਪਿਆ ਜੀ, ਉਦੋਂ ਇਹਨੂੰ ਬੜੀ ਵੇਖੋ ਸਾਡੇ ਮੇਰੇ ਬੱਚਿਆਂ ਵਰਗਾ ਜੀ ਜੀ, ਮੇਰਾ ਉਹ ਭਜੰਗੀ ਵੀ ਇਹਦੇ ਨਾਲ ਵੱਡੀ ਉਮਰ ਦਾ ਹੋਣਾ ਜੀ, ਮੈਂ ਇੱਕ ਇਹਨੂੰ ਸਲਾਹ ਦਿੱਤੀ ਵੀ ਵੇਖੋ ਚੰਗਾ ਬੋਲ ਬਾਣੀ ਆ ਜੀ, ਤੁਸੀਂ ਚੰਗਾ ਪ੍ਰਚਾਰ ਦਾ ਤੁਹਾਡਾ ਕਰ ਸਕਦੇ ਜੀ, ਤੇ ਤੁਸੀਂ ਜਿਹੜਾ ਇਸ ਤੁਸੀਂ ਗੁਰਮਤ ਨੂੰ ਤੁਹਾਡੇ ਖਿਲਾਫ ਕੀਤਿਆਂ ਕਿਹੜਾ ਲੋਕਾਂ ਨੇ ਹਟ ਜਾਣਾ, ਤੇ ਤੁਸੀਂ ਗੁਰਮਤ ਦੇ ਖਿਲਾਫ਼ ਪ੍ਰਚਾਰ ਕਰੀਏ ਲੋਕਾਂ ਨੇ ਤੇ ਗੁਰਮਤ ਨੂੰ ਮੰਨਣਾ ਨਾ, ਤੁਹਾਨੂੰ ਮੰਨਣਾ ਨੀ। ਅੱਜ ਹਾਲਾਤ ਅਜਿਹੇ ਬਣ ਗਏ ਭਈ, ਇਹੋ ਢੱਡਰੀਆਂ ਵਾਲਾ ਜਿਹਦੇ ਦੀਵਾਨਾਂ ਦੇ ਵਿੱਚ ਇੰਨੀ ਨੀ ਸੰਗਤ ਹੁੰਦੀ ਸੀ, ਅੱਜ ਕਦੀ ਕਤੂਰਾ ਚੁੱਕੀ ਫਿਰਦਾ ਕੁਛੜ ਵੀ ਇਹ ਬੜੇ ਵਫ਼ਾਦਾਰ ਆ ਜੀ, ਇਹ ਪਾਲੋ ਇਹਨਾਂ ਨੂੰ ਰੱਖੋ, ਇਹ ਤੁਹਾਡੇ ਆਇਆਂ ਦੀ ਅੜੀਕ ਕਰਦੇ ਆ, ਤੇ ਇਹ ਬੰਦਾ ਵਿਆਹ ਕਰਵਾ ਲੇ ਘਰ ਵਾਲੀ ਬੜੀ ਅੜੀਕ ਕਰਦੀ ਹੈ ਜੀ, ਸਾਡਾ ਪਰਿਵਾਰ ਸਾਡੀ ਬੜੀ ਅੜੀਕ ਕਰਦਾ, ਸਾਡੇ ਬੱਚੇ ਬੜੀ ਅੜੀਕ ਕਰਦੇ ਨੇ, ਬੜੇ ਵਫ਼ਾਦਾਰ ਨੇ। ਹੁਣ ਜਿਹੜਾ ਆਹ ਗੱਲ ਕੀਤੀ ਹੈ ਨਾ ਉਹਨੇ, ਉਹਨੂੰ ਵੇਖੋ ਬੇਅਦਬੀ ਦਾ ਕੋਈ ਦੁੱਖ ਨੀ ਹੋਇਆ ਜੀ, ਬਿਲਕੁਲ ਕੋਈ ਦੁੱਖ ਨੀ ਹੋਇਆ ਉਹਨੂੰ, ਉਸ ਬੰਦੇ ਦਾ ਦੁੱਖ ਹੈ ਜਿਹਨੂੰ ਉਹਨੇ ਤਾਲਿਬਾਨ ਨਾਲ ਤੁਲਨਾ ਕਰ ਦਿੱਤੀ। ਤੁਸੀਂ ਗੁਰਮਤ ਇਤਿਹਾਸ ਨੂੰ ਵੇਖੋ ਤੇ ਜਦੋਂ ਚੰਦੂ ਦੋਸ਼ੀ ਬਣਿਆ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਦਾ, ਗੁਰੂ ਹਰਿਮੰਦਰ ਸਾਹਿਬ ਜੀ ਨੂੰ ਨੱਕ ਚ ਨਕੇਲ ਪਾ ਕੇ ਲਾਹੌਰ ਦੇ ਬਾਜ਼ਾਰਾਂ ਚ ਫੇਰਿਆ ਜੀ, ਆਪਾਂ ਮਾਣ ਨਾਲ ਉਸ ਇਤਿਹਾਸ ਤੇ ਮਾਣ ਕਰਦੇ ਆ ਨਾ, ਉਹਨੂੰ ਗੁਰਮਤ ਦਾ ਪ੍ਰਵਾਨ ਇਤਿਹਾਸ ਆ। ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੇ ਮਸੰਦ ਉਹ ਕੜਾਏ ਚ ਤਲੇ ਜੀ, ਕੀ ਗੱਲ, ਉਹ ਇਤਿਹਾਸ ਨੀ ਸਾਡਾ। ਇਸੇ ਤਰ੍ਹਾਂ ਜਦੋਂ ਆਪਣਾ ਪੀਰ ਬੁੱਧੂ ਸ਼ਾਹ ਜੀ ਨੂੰ ਸ਼ਹੀਦ ਕੀਤਾ ਤੇ ਬਾਬਾ ਬੰਦਾ ਸਿੰਘ ਬਹਾਦਰ ਆਏ, ਉਹਨਾਂ ਨੇ ਉਸ ਮੈਨੂੰ ਨਾਮ ਵਿਸਰ ਗਿਆ ਉਹਦਾ, ਉਸ ਬੰਦੇ ਨੂੰ ਉਹਦੀ ਕਰਨੀ ਦਾ ਫਲ ਫਲ ਤਾਂ ਜੀ ਉਹਦੀ ਸਰੀਰ ਟੰਗਿਆ ਰਿਹਾ ਉੱਥੇ, ਜਿਹੜਾ ਉੱਥੋਂ ਦਾ ਹਾਕਮ ਹੀ ਸਡੌਰੇ ਆਪਣਾ ਸਡੌਰੇ ਦਾ। ਫਿਰ ਇਸੇ ਤਰ੍ਹਾਂ ਹੀ ਅਗਲੀ ਗੱਲ ਆ ਜੋ ਜੀ, ਜਦੋਂ ਆਪਣਾ ਸਾਹਿਬਜ਼ਾਦੇ ਨੂੰ ਸ਼ਹੀਦ ਕਰਨ ਤੋਂ ਬਾਅਦ ਵਜੀਦ ਖਾਨ ਇੰਨਾ ਆਪਣੇ ਆਪ ਚ ਤਾਕਤਵਰ ਹੋ ਗਿਆ ਸੀ, ਪਰ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਣ ਕੇ ਉਹਨੂੰ ਸੋਧਿਆ, ਉਹਦੇ ਨਾਲ ਗੁਰਮਤਿ ਮਰਯਾਦਾ ਅਨੁਸਾਰ ਜੋ ਉਹਦਾ ਕਰਨਾ ਬਣਦਾ ਸੀ ਜੀ। ਫਿਰ ਜੇ ਤੁਸੀਂ ਮੱਸੇ ਰੰਗੜ ਦਾ ਸਿਰ ਟੰਗ ਕੇ ਖੜੇ ਹੀ ਆ ਨਾ ਨੇਜੇ ਤੇ, ਇਹ ਇਤਿਹਾਸ ਆ ਸਾਡਾ, ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਹੋਣਾ ਨੇ ਜੀ, ਇਹਨੂੰ ਤੁਸੀਂ ਇਸ ਐਕਟ ਨੂੰ, ਇਹ ਬੰਦਾ ਬੇਅਦਬੀ ਕਰਕੇ ਚਲੇ ਜਾਂਦਾ ਜੀ, ਫਿਰ ਇਹਦਾ ਮਤਲਬ ਵੀ ਢੱਡਰੀਆਂ ਵਾਲੇ ਨੂੰ ਇਸ ਗੱਲ ਦਾ ਬੜਾ ਖੁਸ਼ੀ ਤੇ ਸਕੂਨ ਮਿਲਣਾ ਸੀ। ਜੇ ਉਸ ਬੰਦੇ ਨੂੰ ਉਸ ਮੌਕੇ ਤੇ ਜੋ ਉਸ ਵੇਲੇ ਉੱਥੇ ਮੌਜੂਦ ਸੰਗਤ ਨੇ ਜੋ ਫੈਸਲਾ ਕਰ ਦਿੱਤਾ, ਉਸ ਗੱਲ ਦਾ ਕੀ ਇਤਰਾਜ ਹੈ ਜੀ? ਸਿਆਲਕਾ ਸਾਹਿਬ, ਬਿਲਕੁਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਹਦੇ ਤੋਂ ਜਾਂ ਕੁਝ ਅਜਿਹੇ ਲੋਕ ਜਿਹੜੇ ਬੇਅਦਬੀਆਂ ਦੇ ਹਾਮੀ ਨੇ, ਬੇਅਦਬੀਆਂ ਹੋਣ ਦੇ ਖੁਸ਼ੀ ਮਨਾਉਂਦੇ ਨੇ ਜਾਂ ਬੇਅਦਬੀਆਂ ਹੋਣਾ ਉਹਨਾਂ ਲਈ ਕੋਈ ਅਹਿਮੀਅਤ ਨਹੀਂ ਰੱਖਦੇ, ਉਹੋ ਜਿਹੇ ਲੋਕਾਂ ਤਾਂ ਜਾਂ ਉਹੋ ਜਿਹੇ ਇੱਕ ਹਿੱਸੇ ਤੋਂ ਮੀਡੀਆ ਦੇ ਤੋਂ, ਬਾਕੀ ਸੰਗਤ ਨੇ ਤੇ ਇਸ ਗੱਲ ਦੀ ਖੁਸ਼ੀ ਮਨਾਈ ਜੀ।
ਇਹ ਕੁਝ ਬੰਦੇ ਜਿਹੜੇ ਆ ਨਾ ਕਿਸੇ ਵੇਲੇ ਪਤਾ ਨਹੀਂ ਕੀ ਹਾਲਾਤ ਬਣਦੇ ਆ, ਕਿਹੜੇ ਬੰਨੇ ਚਲ ਜਾਂਦੇ ਆ ਜੀ, ਖਰੀਦੇ ਜਾਂਦੇ ਆ ਜਾਂ ਮਾਨਸਿਕ ਉਤਵਾਜਨ ਡੋਲ ਜਾਂਦਾ ਵਿਗੜ ਜਾਂਦਾ, ਇਹੋ ਜਿਹੇ ਬੰਦੇ ਜਿਹੜੀਆਂ ਗੱਲਾਂ ਕਰਦੇ ਉਹਨਾਂ ਦਾ ਮੈਂ ਸਮਝਦਾ ਸਵਾਲ ਹੀ ਨਹੀਂ ਇਸ ਸੰਬੰਧ ਚ ਕਰਨਾ ਬਣਦਾ। ਨਹੀਂ ਇਹ ਸਵਾਲ ਮੈਂ ਸਿਆਲਕਾ ਸਾਹਿਬ ਤੁਹਾਨੂੰ ਕਲੀਅਰ ਕਰਦੇ ਮੈਂ ਤਾਂ ਕੀਤਾ ਕਿਉਂਕਿ ਉਹ ਧਰਮ ਪ੍ਰਚਾਰਕ ਨੇ, ਧਰਮ ਦਾ ਪ੍ਰਚਾਰ ਕਰਦੇ ਨੇ, ਇਸ ਕਰਕੇ ਮੈਂ ਸਵਾਲ ਕੀਤਾ ਕਿਉਂਕਿ ਹੋਰ ਵੀ ਬਹੁਤ ਸਾਰੇ ਲੋਕਾਂ ਨੇ ਖੜੇ ਕੀਤੇ ਹੋਣਗੇ, ਮੈਂ ਉਹਨਾਂ ਦਾ ਕਿਸੇ ਦਾ ਜ਼ਿਕਰ ਹੀ ਨਹੀਂ ਕੀਤਾ ਤੁਹਾਡੇ ਕੋਲ। ਦੇਖੋ ਧਰਮ ਦੇ ਪ੍ਰਚਾਰ ਨਾਲ ਹੁਣ ਕੋਈ ਵਾਸਤਾ ਨਹੀਂ ਗਾ, ਹੁਣ ਉਹ ਧਰਮ ਦੀ ਆਲੋਚਨਾ, ਧਰਮ ਦੇ ਉੱਤੇ ਜਿਹੜਾ ਨਾ ਤਰਕ ਕਰਨ ਦਾ ਉਹਦਾ ਸਿਰਫ ਕੰਮ ਰਹਿ ਗਿਆ। ਉਹ ਸਮੇਂ ਨੇ ਬੜਾ ਕਲੀਅਰ ਕਰਤਾ ਜੀ, ਵੇਖੋ ਗੁਰੂ ਸਾਹਿਬ ਬੜੀ ਬਖਸ਼ਿਸ਼ ਵਰਤਾਉਂਦੇ ਨੇ ਜਦੋਂ ਕੋਈ ਬੰਦਾ ਗੁਰਮਤ ਅਨਸਾਰੀ ਚੱਲਦਾ ਢੱਡਰੀਆਂ ਵਾਲਾ, ਤੇ ਸੇਮ ਏਜ ਗਰੁੱਪ ਚ ਹੀ ਨੇ ਬਾਬਾ ਦਲੇਰ ਸਿੰਘ ਗੇੜੀ ਵਾਲੇ, ਸੰਗਤ ਉਹਨਾਂ ਦਾ ਸਤਿਕਾਰ ਕਰਦੀ ਆ, ਉਹ ਗੁਰਮਤ ਦਾ ਪ੍ਰਚਾਰ ਕਰਦੇ ਨੇ। ਢੱਡਰੀਆਂ ਵਾਲੇ ਦਾ ਉਹਨਾਂ ਨਾਲੋਂ ਵੱਧ ਤਾਪ ਤੇਜ ਸੀਗਾ ਕਿਸੇ ਸਮੇਂ, ਅੱਜ ਕਤੂਰੇ ਖਿਡਾਉਣ ਤੇ ਆ ਗਿਆ ਜੀ। ਠੀਕ ਹੈ ਸਿਆਲਕਾ ਸਾਹਿਬ, ਇੱਕ ਛੋਟਾ ਜਿਹਾ ਸਵਾਲ ਮੇਰਾ ਹੋਰ ਹੈ ਤੁਹਾਡੇ ਤੋਂ, ਕਿਉਂਕਿ ਜਿਹੜੇ ਵੀਡੀਓ ਪੋਸਟ ਹੋਏ ਤੁਸੀਂ ਵੀ ਦੇਖੇ ਹੋਣੇ ਵੀਡੀਓ, ਜਿਹੜੇ ਮੌਕੇ ਦੇ ਵੀਡੀਓ ਸੀ, ਔਰ ਲੋਕਾਂ ਵੱਲੋਂ ਇਸ ਚੀਜ਼ ਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਕਿ ਬੇਅਦਬੀ ਦੇ ਵੇਲੇ ਦਾ ਵੀਡੀਓ ਕਿਉਂ ਨਹੀਂ ਵਾਇਰਲ ਕੀਤਾ, ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ? ਕਿਉਂਕਿ ਕੁਛ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਮੌਕੇ ਤੇ ਉਹਨਾਂ ਨੇ ਫੜਿਆ, ਵੀਡੀਓ ਬਣਾਉਣ ਦਾ ਸਮਾਂ ਨਹੀਂ ਸੀ, ਕੁਛ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ। ਸਵਾਲ ਤੁਸੀਂ ਮੈਨੂੰ ਕੀਤਾ ਨਾ ਜੀ, ਮੈਂ ਸਵੇਰ ਦਾ ਇੱਥੇ ਆ, ਮੈਂ ਇਹ ਗੱਲ ਮੇਰੇ ਮਨ ਚ ਹੀ, ਅਸੀਂ ਵੀ ਉਹਨਾਂ ਨਾਲ ਇਹੋ ਹੀ ਵਿਚਾਰ ਚਰਚਾ ਕਰ ਰਹੇ ਹਾਂ ਜੀ। ਜੀ ਜਦੋਂ ਉਹ ਬੰਦਾ ਆਇਆ ਨਾ ਜੀ, ਜੀ ਉਸ ਵੇਲੇ ਕਿਸੇ ਨੂੰ ਦੱਸ ਕੇ ਨਹੀਂ ਆਇਆ ਕਿ ਮੈਂ ਬੇਅਦਬੀ ਕਰਨ ਚੱਲਿਆ ਮੇਰੀ ਵੀਡੀਓ ਬਣਾਓ। ਹਾਂਜੀ ਜੀ, ਇਸ ਕਰਕੇ ਉਹ ਤੁਸੀਂ ਕਿਵੇਂ ਕਰ ਸਕਦੇ ਜੀ, ਕਿਵੇਂ ਆਪਾਂ ਇਹ ਗੱਲ ਕਲੇਮ ਕਰਦੇ ਲੋਕਾਂ ਦੀ? ਲੋਕਾਂ ਦੇ ਕੁਝ ਬੰਦੇ ਕਿੰਤੂ ਕਰਨ ਵਾਲੇ ਹੁੰਦੇ ਜੀ, ਉਹਨਾਂ ਨੇ ਹਰ ਗੱਲ ਤੇ ਕਰਨਾ, ਤੇ ਕਿਸੇ ਨੇ ਉਹੋ ਜਿਹੇ ਬੰਦੇ ਨੇ ਜੇ ਉਹਨਾਂ ਨੇ ਇਹ ਸਵਾਲ ਕਰੀ ਜਾਣੇ ਜੀ, ਉਹਦਾ ਤੁਹਾਡੇ ਕੋਲ ਕੀ ਇਲਾਜ ਆ, ਮੇਰੇ ਕੋਲ ਕੀ ਇਲਾਜ ਆ। ਹੁਣ ਤਿੰਨਾਂ ਨਿਹੰਗ ਸਿੰਘਾਂ ਦੇ ਨਾਲ ਮੁਲਾਕਾਤ ਵੀ ਕਰੋਗੇ ਤੁਸੀਂ ਸਿਆਲਕਾ ਸਾਹਿਬ? ਬਿਲਕੁਲ ਕਰਾਂਗੇ ਜੀ, ਬਿਲਕੁਲ ਕਰਾਂਗੇ, ਜਦੋਂ ਆਏ ਇਸੇ ਕਾਰਜ ਲਈ ਆ ਜੀ, ਤੇ ਫੇਰ ਕਿਉਂ ਨਹੀਂ ਕਰਾਂਗੇ ਜੀ। ਠੀਕ ਹੈ, ਠੀਕ ਹੈ, ਬਹੁਤ 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 ਧੰਨਵਾਦ ਸਿਆਲਕਾ ਸਾਹਿਬ। ਸੋ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਸਾਡੇ ਨਾਲ ਮੌਜੂਦ ਸਨ, ਜੋ ਕਿ SGPC ਦੇ ਜਨਰਲ ਸਕੱਤਰ ਵੀ ਨੇ। ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਨਿਹੰਗ ਸਿੰਘਾਂ ਦੇ ਕੇਸ ਲੜਨਗੇ ਉਹ, ਕਿਉਂਕਿ ਜਿਹੜੇ ਨਿਹੰਗ ਸਿੰਘਾਂ ਨੇ ਜ਼ਿੰਮੇਵਾਰੀ ਲਈ ਸੀ, ਉਹਨਾਂ ਨੇ ਕਿਹਾ ਸੀ ਕਿ ਅਸੀਂ ਸੋਧਾ ਲਾਇਆ, ਜਿਹੜਾ ਉਹਨਾਂ ਨੇ ਕਿਹਾ ਕਿ ਅਸੀਂ ਕਤਲ ਕੀਤਾ ਲਖਵੀਰ ਸਿੰਘ ਦਾ, ਕਿਉਂਕਿ ਬੇਅਦਬੀ ਦੇ ਕੇਸ ਨੂੰ ਲੈ ਕੇ, ਸਿੰਘੂ ਬਾਰਡਰ 'ਤੇ ਜੋ ਘਟਨਾ ਹੋਈ ਉਸ ਨੂੰ ਲੈ ਕੇ 4 ਗ੍ਰਿਫਤਾਰੀਆਂ ਹੋਈਆਂ ਨੇ, ਔਰ ਸਭ ਦੀ ਜ਼ਿੰਮੇਵਾਰੀ ਇਹਨਾਂ ਨੇ ਲਈ ਹੈ ਕਿ ਇਹਨਾਂ ਨੇ ਭਗਵੰਤ ਸਿੰਘ ਸਿਆਲਕਾ ਹੁਣੇ ਕਹਿ ਰਹੇ ਨੇ ਕਿ ਅਸੀਂ ਇਹਨਾਂ ਸਭ ਦਾ ਕੇਸ ਲੜਾਂਗੇ, ਅਤੇ ਨਾਲ ਹੀ ਪੈਰਵਾਈ ਹਰ ਤਰੀਕੇ ਦੀ ਕੀਤੀ ਜਾਏਗੀ। ਅਤੇ ਸਿੰਘੂ ਬਾਰਡਰ ਪਹੁੰਚੇ ਹੋਏ ਨੇ, ਮੁਲਾਕਾਤ ਨਿਹੰਗ ਸਿੰਘਾਂ ਦੇ ਨਾਲ ਕਰ ਰਹੇ ਨੇ, ਪੂਰੇ ਕੇਸ ਦੀ ਪੜਤਾਲ ਕਰ ਰਹੇ ਨੇ, ਅਤੇ ਕਹਿ ਰਹੇ ਨੇ ਕਿ ਕੋਰਟ ਦੇ ਵਿੱਚ ਹਰ ਤਰੀਕੇ ਦੇ ਨਾਲ ਇਹਨਾਂ ਦਾ ਪੱਖ ਰੱਖਿਆ ਜਾਏਗਾ। ਹੋਰ ਤਮਾਮ ਖਬਰਾਂ ਅਤੇ ਅਪਡੇਟਸ ਲਈ ਜੁੜੇ ਰਹੋ ਪ੍ਰੋ ਪੰਜਾਬ TV ਦੇ ਨਾਲ। ਧੰਨਵਾਦ।